ਮਾਲਵਾ ਬੜਲੇਵ ਚੈਨਲ ਤੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਪੈਨਪਰਾਂ ਨੂੰ ਪਿਆਰ ਭਰੀ ਸ਼ਰਸ਼ੀਕਾਲ ਅੱਜ ਦੀ ਵੀਡੀਓ ਦੀ ਆਪਾਂ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਛੋਟਾ ਜਿਹਾ ਮੋਟੀਵੇਸ਼ਨਲ ਕੋਟ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ ਜਿਹੜਾ ਕਿ ਮੇਰਾ ਪਰਸਨਲ ਫੇਵਰਟ ਹੈ ਕਹਿੰਦੇ ਕੁਝ ਦੇਰ ਦੀ ਖਾਮੋਸ਼ੀ ਹੈ ਫਿਰ ਸ਼ੋਰ ਆਏਗਾ ਕਹਿੰਦੇ ਕੁਝ ਦੇਰ ਦੀ ਖਾਮੋਸ਼ੀ ਹੈ ਫਿਰ ਸ਼ੋਰ ਆਏਗਾ ਤੁਮਾਰਾ ਤਾਂ ਸਿਰਫ ਵਕਤ ਆਇਆ ਹੈ, ਹਮਾਰਾ ਦੌਰ ਆਏਗਾ। ਸੋ ਬਹੁਤ ਹੀ ਸੋਹਣੀਆਂ ਸਤਰਾਂ ਤੇ ਬਹੁਤ ਹੀ ਵਧੀਆ ਮੈਸੇਜ ਤੁਹਾਨੂੰ ਦੇ ਰਹੀਆਂ ਨੇ। ਜਿਵੇਂ ਕਿ ਦੋਸਤੋ ਤੁਸੀਂ ਹੁਣ ਮਿਹਨਤ ਕਰ ਰਹੇ ਹੋ, ਇੱਕ ਨਾ ਇੱਕ ਦਿਨ ਤੁਹਾਡਾ ਇਹੋ ਜਾਨਾ ਜਦੋਂ ਤੁਸੀਂ ਇਸ ਮਿਹਨਤ ਦੇ ਰਾਹ ਤੇ ਚੱਲਦੇ-ਚੱਲਦੇ ਆਪਣੀ ਉਸ ਡੈਸਟਨੀ ਤੇ ਪਹੁੰਚੋਗੇ ਜਿਹੜੀ ਤੁਸੀਂ ਚੁਣੀ ਹੋਈ ਹੈ। ਜਿਵੇਂ ਕਿ ਬਹੁਤ ਸਾਰੇ ਬੱਚੇ ਚਾਹਦੇ ਕਨਸਟੇਬਲ ਬੰਨਣਾ, ਸਬ ਇਨਸਪੈਕਟਰ ਬੰਨਣਾ, ਪਟਵਾਰੀ ਬੰਨਣਾ, ਐਕਸਾਈਜ਼ ਇਨਸਪੈਕਟਰ ਬੰਨਣਾ ਹਨਾ ਤੇ ਉਹਨਾਂ ਬੱਚਿਆਂ ਨੇ ਮਤਲਬ ਕਹਿੰਦਾ ਪਾ ਉਠਾਣੀ ਹੋਈ ਹੈ, ਦਿਨ-ਰਾਤ ਮਿਹਨਤ ਕਰ ਰਹੇ ਵਧੀਆ ਨੋਟਸ ਲੈ ਰਹੇ ਆ ਮਗਰ ਇੱਕ ਨਾ ਇੱਕ ਦਿਨ ਉਹਨਾਂ ਨੇ ਆਪਣੇ ਟਾਰਗੇਟ ਤੇ ਪਹੁੰਚ ਜਾਣਾ ਚਾਹੇ ਸਮਾਂ ਥੋੜਾ ਜਿਹਾ ਵੱਧ ਲੱਗੇ ਚਾਹੇ ਘੱਟ ਲੱਗੇ ਠੀਕ ਹੈ ਜੀ ਬਾਕੀ ਦੋਸਤੋ ਬਹੁਤ ਸਾਰੇ ਬੱਚਿਆਂ ਦੇ ਦੋਸਤ ਮਿੱਤਰ ਉਹਨਾਂ ਨੂੰ ਪਰੇਸ਼ਾਨ ਵੀ ਕਰਦੇ ਹੋਣਗੇ ਵੀ ਉਹ ਕਮਾਉਂਦੇ ਹੋਣਗੇ ਪ੍ਰਾਈਵੇਟ ਜੌਬ ਜਾਂ ਬਿਜ਼ਨਸ ਤੋਂ ਤੇ ਕਹਿੰਦੇ ਹੋਣਗੇ ਅਸੀਂ ਲਾਈਫ ਵਧੀਆ ਜੀ ਰਹੇ ਆ ਤੁਹਾਡੇ ਵਾਂਗੂ ਅਸੀਂ ਕਿਤਾਬਾਂ ਨਹੀਂ ਪੜ ਰਹੇ ਚਾਰ ਦਿਵਾਰੀ ਮਲਕੰండా ਦੇ ਵਿੱਚ ਬੈਠ ਕੇ ਸੋ ਇੱਕ ਨਾ ਇੱਕ ਦਿਨ ਤੁਹਾਡਾ ਵੀ ਟਾਈਮ ਆਣਾ ਹੈ ਤੁਸੀਂ ਉਹਨਾਂ ਨੂੰ ਕਹੋਗੇ ਦੇਖੋ ਅਸੀਂ ਸਰਕਾਰੀ ਨੌਕਰੀਆਂ ਨੇ ਤੇ ਵਧੀਆ ਲਾਈਫ ਸਪੈਂਡ ਕਰ ਰਹੇ ਹਾਂ ਤੁਹਾਡੇ ਵਾਂਗੂ ੱਟਕੇ ਨਹੀਂ ਖਾਰੇ ਸੋ ਇਹ ਵੀ ਇੱਕ ਟਾਈਮ ਆਊਗਾ ਤੁਹਾਡਾ ਦੌਰ ਆਣ ਵਾਲਾ ਤੁਸੀਂ ਮਿਹਨਤ ਬਰਕਰਾਰ ਰੱਖੋ ਆਪਣੇ ਤੇ ਹੌਂਸਲਾ ਰੱਖੋ ਵਿਸ਼ਵਾਸ ਰੱਖੋ ਇੱਕ ਨਾ ਇੱਕ ਦਿਨ ਤੁਹਾਡਾ ਵੀ ਟਾਈਮ ਜ਼ਰੂਰ ਆਏਗਾ ਹੁਣ ਦੋਸਤੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਵੀ ਬਹੁਤ ਸਾਰੇ ਬੱਚਿਆਂ ਦੇ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਮੈਸੇजेस ਆ ਰਹੀ ਸੀਗੇ ਵੀ ਸਰ ਐਗਜ਼ਾਮ ਡੇਟ ਬਾਰੇ ਇੱਕ ਵਾਰੀ ਅਪਡੇਟ ਜ਼ਰੂਰ ਦਿਓ ਸਾਨੂੰ ਤਾਂ ਕਿ ਅਸੀਂ ਉਸ ਹਿਸਾਬ ਨਾਲ ਤਿਆਰੀ ਸਟਾਰਟ ਕਰ ਸਕੀ ਸੋ ਪੰਜਾਬ ਪੁਲਿਸ ਕਨਸਟੇਬਲ ਤੇ ਹੋਰ ਵੀ ਬਹੁਤ ਸਾਰੇ ਮੈਗਮੇ ਦੀਆਂ ਭਰਤੀਆਂ ਨਿਕਲੀਆਂ ਜ਼ਰੂਰੀ ਨਹੀਂ ਆਪਣਾ ਕਲਾਬ ਪੰਜਾਬ ਪੁਲਿਸ ਹੈ ਹੋਰ ਵੀ ਬਹੁਤ ਸਾਰੇ ਡਿਪਾਰਟਮੈਂਟਾਂ ਦੀਆਂ ਭਰਤੀਆਂ ਕੱਢੀਆਂ ਸੀ ਹਾਲਾਂਕਿ ਪੀਟ੍ਰ ਪਲੱਸ ਬੀ ਦੀ ਪਟਵਾਰੀ ਭਰਤੀ ਹਜੇ ਵੀ ਪੈਂਡਿੰਗ ਪਈ ਹੈ ਐਕਸਾਈਜ਼ ਇਨਸਪੈਕਟਰ ਭਰਤੀ ਪੈਂਡਿੰਗ ਪਈ ਹੈ ਜਾਂ ਫਿਰ ਆਪਾਂ ਲਾ ਲਈਏ ਸਬ ਇਨਸਪੈਕਟਰ ਦੀ ਭਰਤੀ ਇਹਨਾਂ ਦੀ ਪੈਂਡਿੰਗ ਪਈ ਹੈ ਜਿਹੜੀ ਕਿ ਆਪਾਂ ਨੂੰ ਵਾਦਾ ਕੀਤਾ ਹੈ ਹਰ ਸਾਲ ਆਉਂਦਾ ਤੇ ਆਪਾਂ ਹੁਣ ਤੁਹਾਨੂੰ ਐਗਜ਼ਾਮ ਡੇਟ ਬਾਰੇ ਥੋੜਾ ਜਿਆਦਾ ਦੱਸਾਂਗੇ ਉਸ ਤੋਂ ਵੀ ਪਹਿਲਾਂ ਤੁਹਾਨੂੰ 2023 ਦੀ ਐਗਜ਼ਾਮ ਡੇਟਸ ਦੇ ਬਾਰੇ ਨੌਲੇਜ ਹੋਊਗੀ ਤਾਂ ਤੁਹਾਨੂੰ ਪਤਾ ਲੱ ਜੇਕਰ ਮੈਂ ਗੱਲਾਂ ਨਾਲ ਐਦਾਂ ਦੱਸੂਗਾ ਇੱਕ ਵਾਰੀ ਐਗਜ਼ਾਮਪਲ ਤੁਹਾਨੂੰ ਸੈੱਟ ਕਰਨੀ ਹੋਊਗੀ ਦੂਸਰੀ ਗੱਲ ਆ ਤੁਹਾਨੂੰ ਹੋਰ ਵੀ ਕਾਰਨ ਦੱਸੂਗਾ ਜਿਸ ਕਰਕੇ ਪੇਪਰ ਥੋੜਾ ਜਿਹਾ ਲੇਟ ਹੋ ਸਕਦਾ ਦੇਖੋ ਦੋਸਤੋ ਸਭ ਤੋਂ ਪਹਿਲਾਂ ਤਾਂ ਤੁਸੀਂ ਇੱਕ ਧਿਆਨ ਮਾਰੋ ਕਿ ਜਦੋਂ ਆਪਣੀ ਪਿਛਲੇ ਸਾਲ ਦੀ ਭਰਤੀ ਸਬ ਇਨਸਪੈਕਟਰ ਦੀ ਆਈ ਸੀ ਉਹ ਸਬ ਇਨਸਪੈਕਟਰ ਦੀ ਭਰਤੀ ਦਾ ਜਿਹੜਾ ਪੇਪਰ ਹੈ ਉਹ ਲਗਭਗ 2 ਜੁਲਾਈ ਦੇ ਵਿੱਚ ਸ਼ੁਰੂ ਹੋ ਗਿਆ ਸੀ ਠੀਕ ਹੈ ਜੀ ਇਗਜ਼ਾਮ ਜਿਹੜੇ ਹੈਗੇ ਆਪਣੇ ਮੈਨੂੰ ਲੱਗਦਾ ਆ ਦੇਖੋ ਤੁਹਾਡੇ ਸਾਹਮਣੇ ਇਗਜ਼ਾਮ ਸਟਾਰਟ ਹੋਈ ਸੀ 26 2023 ਨੂੰ ਹਨਾ ਜੀ ਤੇ ਪੇਪਰ ਜਦੋਂ ਕਹਿਣ ਦਾ ਪੱਵ ਤੁਸੀਂ ਲਗਭਗ ਮਹੀਨਾ ਲਾ ਲਓ 4 ਜਾਂ 5 ਮਹੀਨੇ ਦਾ ਆਪਾਂ ਨੂੰ ਸਮਾਂ ਮਿਲਿਆ ਸੀ ਠੀਕ ਹੈ ਜੇਕਰ ਆਪਾਂ ਗੱਲ ਕਰੀਏ ਹੁਣ ਇਸ ਵਾਰ ਕਨਸਟੇਬਲ ਦੇ ਇਗਜ਼ਾਮ ਵੀ ਦੇਖ ਲੈਣੇ ਆ ਪਿਛਲੇ ਸਾਲ ਕਦੋਂ ਹੋਇਆ ਸੀ ਕਿਉਂਕਿ 5 ਮਹੀਨੇ ਦਾ ਸਮਾਂ ਇਹਨਾਂ ਨੇ ਦਿੱਤਾ ਸੀ ਹੁਣ ਤੁਹਾਨੂੰ ਮੈਂ ਇਸ ਦੇ ਨਾਲ ਕੜੀ ਜੋੜਾਂਗੇ ਆਪਾਂ ਫੇਰ ਹੀ ਤੁਹਾਨੂੰ ਸਮਝ ਆਊਗੀ ਵੀ ਪੇਪਰ ਕਦੋਂ ਕੰਡਕਟ ਹੋਣਾ ਕਿਉਂਕਿ ਐਦਾਂ ਨਹੀਂ ਤੁਹਾਨੂੰ ਸਮ ਹੋ ਦੇਖੋ ਦੋਸਤੋ ਕਨਸਟੇਬਲ ਦੇ ਫਾਰਮ ਪਿਛਲੀ ਵਾਰ ਜਿਹੜੇ ਫਰਵਰੀ ਚ ਭਰੇ ਗਏ ਸੀਗੇ ਤੇ ਐਗਜ਼ਾਮ ਡੇਟ ਇਹਨਾਂ ਨੇ ਮੈਂਸ਼ਨ ਨਹੀਂ ਕੀਤੀ ਬਟ ਹਾਂ ਜੇਕਰ ਇਹਨਾਂ ਨੇ ਲਿਖਿਆ 6 ਤਰੀਕ ਤੱਕ ਮੈਨੂੰ ਲੱਗਦਾ ਵੀ 7ਵੇਂ 8ਵੇਂ ਮਹੀਨੇ ਸ਼ੁਰੂ ਹੋਗੇ ਸੀ ਪੇਪਰ ਇਸ ਦੇ ਵੀ ਬਟ ਇਹਨਾਂ ਨੇ ਇੱਥੇ ਮੈਂਸ਼ਨ ਨਹੀਂ ਕੀਤੀ ਠੀਕ ਹੈ ਸੋ ਕੋਈ ਚੱਕਰ ਨਹੀਂ ਮੈਂ ਤੁਹਾਨੂੰ ਇਹੀ ਦੱਸ ਦੇਣਾ ਵੀ 7ਵੇਂ 8ਵੇਂ ਮਹੀਨੇ ਦੀ 5 ਤਰੀਕ ਨੂੰ ਸ਼ੁਰੂ ਹੋਗੇ ਸੀਗੇ 8ਵੇਂ ਮਹੀਨੇ ਦੇ ਮੈਨੂੰ ਲੱਗਦਾ 5 ਤਰੀਕ ਨੂੰ ਸ਼ੁਰੂ ਹੋਈ ਸੀ ਅਗਸਤ ਦੇ ਮਹੀਨੇ ਤੇ ਬੱਚਿਆਂ ਨੇ ਸਤੰਬਰ ਦੀ 15 ਤਰੀਕ ਤੱਕ ਪੇਪਰ ਦਿੱਤੇ ਸੀ ਹਨਾ ਜੀ ਤੇ ਇਸ ਬੱਚਿਆਂ ਨੂੰ ਜਦੋਂ ਬੱਚਿਆਂ ਨੇ ਪੇਪਰ ਦੇ ਦਿੱਤੇ ਤੇ ਬੱਚਿਆਂ ਨੂੰ ਇਹ ਹੋ ਗਿਆ ਵੀ ਹੁਣ ਦੇਖੋ ਕੀ ਬਣਦਾ ਕਿਉਂਕਿ ਸ਼ਿਫਟ بیسਡ ਪੇਪਰ ਆਣ ਕਰਕੇ ਪੇਪਰ ਦਾ ਲੈਵਲ ਵੀ ਅਪ ਡਾਊਨ ਹੁੰਦਾ ਰਿਹਾ ਜਿਸ ਕਰਕੇ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਵੀ ਵੇਖਣ ਨੂੰ ਮਿਲੀਆਂ ਬਟ ਖਬਰਾਂ ਦੀ ਲੋੜ ਨਹੀਂ ਤੁਹਾਡਾ ਜਿਹੜਾ ਹੁਣ ਇਹ ਐਗਜ਼ਾਮ ਲਈਏ ਜੇਕਰ ਤੁਸੀਂ ਮੰਨੋ ਵੀ ਹੁਣ ਤੁਸੀਂ ਫਾਰਮ ਭਰੇ ਹੈ ਲਗਭਗ ਹੁਣ ਤੁਸੀਂ ਮਾਰਚ ਦੇ ਵਿੱਚ ਜਾ ਕੇ ਫਾਰਮ ਭਰੇ ਹੈ ਠੀਕ ਹੈ ਮਾਰਚ ਤੋਂ 5 ਮਹੀਨੇ ਦਾ ਤੁਸੀਂ ਗੈਪ ਤਾਂ ਲਾ ਕੇ ਚੱਲੋ ਕਿਉਂਕਿ ਕਾਰਨ ਕੀ ਹੈ ਇੱਕ ਤਾਂ ਤੁਹਾਡਾ ਮੇਨ ਕਾਰਨ ਤੁਹਾਡੇ ਜਿਹੜੇ ਹੈਗੇ ਆ ਇਲੈਕਸ਼ਨ ਹੈ ਠੀਕ ਹੈ 2023 24 ਦੇ ਜਿਹੜੇ ਇਲੈਕਸ਼ਨ ਹੈ ਉਹ 7 ਫੇਸਿਸ ਦੇ ਵਿੱਚ ਕੰਡਕਟ ਹੋ ਰਿਹਾ ਠੀਕ ਹੈ ਜੀ ਜਿਸ ਕਰਕੇ 19 ਅਪ੍ਰੈਲ ਤੋਂ ਸਟਾਰਟਿੰਗ ਹੈ ਇਹਨਾਂ ਦੀ ਸੋ 19 ਅਪ੍ਰੈਲ ਤੋਂ ਸਟਾਰਟਿੰਗ ਹੋ ਕੇ 2 ਜੂਨ ਤੱਕ ਤਾਂ ਤੁਹਾਡੇ ਇਹੀ ਹੈ ਠੀਕ ਹੈ ਮਤਲਬ 2 ਜੂਨ ਤੱਕ ਤੁਹਾਡੇ ਕੋਲ ਇੱਕ ਇਹੋ ਜਿਹਾ ਪੀਰੀਅਡ ਹੈਗਾ ਜਿਸ ਦੇ ਵਿੱਚ ਨਾ ਤੁਹਾਨੂੰ ਕਿਸੇ ਚੀਜ਼ ਦੀ ਟੈਨਸ਼ਨ ਲੈਣੀ ਹੈ ਨਾ ਤੁਹਾਨੂੰ ਕਿਸੇ ਮਤਲਬ ਕਹਿੰਦਾ ਪਾਵ ਚੀਜ਼ ਦਾ ਤੁਹਾਨੂੰ ਫਾਰਮ ਦਾ ਕਿਸੇ ਦਾ ਵੀ ਮਤਲਬ ਕਹਿੰਦਾ ਪਾ ਮੈਸੇਜ ਆਣਾ ਵੀ ਸਬ ਇਨਸਪੈਕਟਰ ਭਰਤੀ ਆ ਗਈ ਕਿਉਂਕਿ ਬੱਚੇ ਜਦੋਂ ਕਨਸਟੇਬਲ ਦੀ ਤਿਆਰੀ ਕਰ ਰਹੇ ਆ ਵਿੱਚ ਹੀ ਕੋਈ ਹੋਰ ਫਾਰਮ ਆ ਜੰਨਾ ਫਿਰ ਦਿਮਾਗ ਡਿਵਰਟ ਹੋ ਜਾਂਦਾ ਡਿਵਰਟ ਕਿਵੇਂ ਹੋ ਜਾਂਦਾ ਬੱਚੇ ਨੂੰ ਆਇਓ ਹੋ ਜਾਂਦਾ ਵੀ ਮੈਂ ਸਬ ਇਨਸਪੈਕਟਰ ਦੀ ਵੀ ਤਿਆਰੀ ਕਰ ਲਵਾਂ ਕਿਉਂਕਿ ਉਹ ਸਿਲੇਬਸ ਕਿਤੇ ਘੱਟ ਸਿਲੇਬਸ ਕਰਨਾ ਹੁੰਦਾ ਕਿੱਥੇ ਉਹ ਫਿਰ ਜ਼ਿਆਦਾ ਕਰਨਾ ਆਇਓਂਦਾ ਫਿਰ ਉਹ ਵੀ ਮਤਲਬ ਕਹਿੰਦਾ ਉਹ ਭੁੱਲ ਜਾਂਦੇ ਜਿਹੜਾ ਪਹਿਲਾਂ ਕੀਤਾ ਸੀ ਸੋ ਇਸੇ ਕਰਕੇ ਤੁਹਾਡੇ ਕੋਲ 2 ਜੂਨ ਮਤਲਬ 4 ਜੂਨ ਲਾ ਕੇ ਚੱਲਦੇ ਆਪਾਂ ਠੀਕ ਹੈ 4 ਜੂਨ ਤੱਕ ਆਪਣਾ ਰਿਜ਼ਲਟ ਆਣਾ ਉਦੋਂ ਤੱਕ ਤਾਂ ਤੁਹਾਡੇ ਕੋਲ ਬਹੁਤ ਵਧੀਆ ਸਮਾਂ ਹੈ ਤੁਸੀਂ ਈਜ਼ੀਲੀ ਆਪਣਾ ਪੇਪਰ ਦੀ ਤਿਆਰੀ ਕਰੋ ਕਨਸਟੇਬਲ ਦੀ ਕਰ ਰਹੇ ਹੋ ਲੇਬਰ ਇਨਸਪੈਕਟਰ ਦੀ ਕਰ ਰਹੇ ਹੋ ਜਾਂ ਫਿਰ ਤੁਸੀਂ ਕਲੈਰੀਕਲ ਡਿਪਾਰਟਮੈਂਟ ਦੀ ਕਰ ਰਹੇ ਹੋ ਜਾਂ ਫਿਰ ਹੋਰ ਵੀ ਜਿਹੜੀਆਂ ਭਰਤੀਆਂ ਤੁਸੀਂ ਭਰੀਆਂ ਹੋਣਗੀਆਂ ਆਪਣੀ ਗ੍ਰੈਜੂਏਸ਼ਨ ਬੇਸਡ ਉਹਨਾਂ ਦੀ ਤਿਆਰੀ ਕਰ ਰਹੇ ਹੋ ਤੁਸੀਂ ਬੇਫਿਕਰ ਹੋ ਕੇ ਕਰੋ ਬਟ ਜਦੋਂ ਤੁਸੀਂ 4 ਜੂਨ ਟੱਪ ਗਏ ਤਾਂ ਉਸ ਦਿਨ ਤੋਂ ਤੁਸੀਂ ਇਹ ਸੋਚ ਲਈਓ ਵੀ ਪੰਜਾਬ ਸਰਕਾਰ ਵੱਲੋਂ ਕਦੇ ਵੀ ਅਲਰਟ ਆ ਸਕਦਾ ਹੈ ਵੀ ਕਿਹੜਾ ਪੇਪਰ ਆਪਣੇ ਜਿਹੜੇ ਕੰਡਕਟ ਕਿਹੜਾ ਪਹਿਲਾਂ ਕਰਾਇਆ ਜਾਵੇ ਕਿਉਂਕਿ ਪੀ ਟ੍ਰਿਪਲ ਐਸ ਪੀ ਬੋਰਡ ਜਿਹੜ ਹੁੰਦਾ ਹੈ ਕੀ ਪਤਾ ਤੁਹਾਡਾ ਕੌਨਸਟੇਬਲ ਦੇ ਪੇਪਰ ਦੇ ਦੌਰਾਨ ਵੀ ਤੁਹਾਡਾ ਉਹ ਪੇਪਰ ਵੇਖਣ ਨੂੰ ਮਿਲ ਸਕਦੀ ਹੈ ਬਹੁਤ ਸਾਰੇ ਬੱਚਿਆਂ ਨਾਲ ਪਿਛਲੀ ਵਾਰ ਇਦਾਂ ਹੀ ਹੋਇਆ ਪਟਵਾਰੀ ਦੇ ਪੇਪਰ ਵੀ ਨਾਲ ਚੱਲ ਰਿਆ ਸੀ ਐਕਸਾਈਜ਼ ਇੰਸਪੈਕਟਰ ਦਾ ਵੀ ਚੱਲ ਰਿਆ ਸੀ ਤੇ ਨਾਲ ਹੀ ਬੱਚਿਆਂ ਦਾ ਕੌਨਸਟੇਬਲ ਦਾ ਪੇਪਰ ਵੀ ਵੇਖਣ ਨੂੰ ਮਿਲਿਆ ਸੋ ਘਬਰਾਣ ਦੀ ਲੋੜ ਨਹੀਂ ਸੋ ਦੋਸਤੋ ਪਿਛਲੇ ਸਾਲਾਂ ਦਾ ਗੱਲ ਉਹ ਪਿੱਛੇ ਪੇ ਲੰਘ ਗਈ ਹੈ ਠੀਕ ਹੈ ਜੀ ਹੁਣ ਤੁਸੀਂ ਮੇਨ ਗੱਲ ਹੈ ਗੱਡੀ ਜਿਹੜੀ ਕਨਸਟੇਬਲ ਦੀ ਭਰਤੀ ਕਨਸਟੇਬਲ ਦੀ ਭਰਤੀ ਜੇਕਰ ਤੁਸੀਂ ਕਰੈਕ ਕਰਨਾ ਚਾਹੁੰਦੇ ਹੋ ਤੁਹਾਨੂੰ ਸਭ ਨਾਲੋਂ ਵਧੀਆ ਇੰਪੋਰਟੈਂਟ ਇਹ ਚੀਜ਼ ਹੈ ਵੀ ਤੁਸੀਂ ਹੁਣ ਦੇ ਸਮੇਂ ਨੂੰ ਯੂਟਿਲਾਈਜ਼ ਕਰੋ ਜੇਕਰ ਤੁਹਾਡੀ ਹੁਣ ਭਰਤੀ ਦੇਖੋ ਤੁਹਾਡੀ ਰਿਕਰੂਟਮੈਂਟ ਜੇ ਆਪਾਂ 2024 ਤੇ ਜਾਈਏ ਠੀਕ ਹੈ ਜੀ ਇੱਕ ਵਾਰੀ ਮੈਂ ਤੁਹਾਨੂੰ ਕਲੀਅਰ ਕਰ ਰਿਹਾ ਤੇ ਆਹ ਦੇਖੋ 2024 ਦੀ ਭਰਤੀ ਆਈ ਹੈ ਤੁਹਾਡੇ ਸਾਹਮਣੇ 2024 ਦੇ ਫਾਰਮ ਜਿਹੜੇ ਹੈਗੇ 14 3 ਮਾਰਚ ਨੂੰ ਸ਼ੁਰੂ ਹੋਏ ਐ ਹੁਣ ਇਹਨਾਂ ਨੂੰ 3 ਤਰੀਕ ਜਿਵੇਂ ਹੈ ਤੀਜੀ ਮਹੀਨੇ ਤੀਜੀ ਮਹੀਨੇ ਸ਼ੁਰੂ ਹੋਏ ਤਿੰਨ ਦੇ ਵਿੱਚ 5 ਜੋੜ ਦੋ ਠੀਕ ਹੈ ਜੀ ਮਤਲਬ ਅਗਸਤ ਤੱਕ ਤਾਂ ਤੁਹਾਡੇ ਫਾਰਮ ਪੇਪਰ ਦੀ ਅਲਾਟਮੈਂਟ ਆਣੀ ਹੈ ਮਤਲਬ ਤੁਹਾਨੂੰ ਡੇਟਸ ਅਲਾਉ ਕੀਤੀਆਂ ਜਾਣਗੀਆਂ ਠੀਕ ਹੈ ਜੁਲਾਈ ਦੇ ਵਿੱਚ ਤੁਹਾਨੂੰ ਖਤਰਾ ਹੋਊਗਾ ਪੂਰਾ ਅਲਰਟ ਆਂਦਾ ਜੂਨ ਦੇ ਵਿੱਚ ਮੈਂ ਡੈਫੀਨਿਟਲੀ ਕਹਿੰਦਾ ਕੋਈ ਵੀ ਤੁਹਾਨੂੰ ਅਲਰਟ ਨਹੀਂ ਆ ਸਕਦਾ ਕਿਉਂਕਿ ਜੂਨ ਦੇ ਟਾਈਮ ਨਵੀਂ ਨਵੀਂ ਲੋਕ ਸਭਾ ਬਣੀ ਹੋਊਗੀ ਹਜੇ ਸਰਕਾਰ ਦਾ ਸਾਰਾ ਧਿਆਨ ਉਸ ਪਾਸੇ ਹੋਊਗਾ ਡਿਪਾਰਟਮੈਂਟ ਸਾਰੇ ਉਸ ਪਾਸੇ ਹੋਣ ਹੁੰਦੀਆਂ ਜੁੜੀਆਂ ਇਲੈਕਸ਼ਨ ਕਮਿਸ਼ਨ ਵੱਲੋਂ ਜਦੋਂ ਕਿਹਾ ਜਾਊਗਾ ਕੋਡ ਆਫ ਕੰਡਕਟ ਹਟਾ ਦਿੱਤਾ ਗਿਆ ਉਸ ਤੋਂ ਬਾਅਦ ਤੁਹਾਡੇ ਜਿਹੜੇ ਫਾਰਮ ਜਾਂ ਨਵੀਆਂ ਪਰਤੀਆਂ ਦਾ ਅਨਾਉਂਸਮੈਂਟ ਹੋਣੀ ਸ਼ੁਰੂ ਹੋ ਜਾਣੀ ਹੈ ਹਾਂ ਇੱਕ ਗੱਲ ਤੁਹਾਡੀ ਜ਼ਰੂਰ ਹੋ ਸਕਦੀ ਹੈ ਜੇਕਰ ਤੁਹਾਡੇ ਮੰਨ ਲਓ ਕਿ ਹੁਣ ਆਪਾਂ ਜੀ 5 5 ਮਹੀਨੇ ਐਡ ਕੀਤੇ ਆ ਵਿੱਚ ਠੀਕ ਹੈ 5 ਮਹੀਨੇ ਐਡ ਕਰਨ ਤੋਂ ਬਾਅਦ ਆਪਣਾ ਜੁਲਾਈ ਅਗਸਤ ਤੱਕ ਕੰਮ ਚੱਲਦਾ ਹੈ ਉਸ ਦੇ ਵਿੱਚ ਤੁਹਾਨੂੰ ਕਹਿੰਦਾ ਪਾ ਪਟਵਾਰੀ ਜਾਂ ਸਬ ਇਨਸਪੈਕਟਰ ਦੀ ਭਰਤੀ ਜਾਂ ਐਕਸਾਈਜ਼ ਇਨਸਪੈਕਟਰ ਜਾਂ ਵੀਡੀਓ ਇਹਨਾਂ ਦਾ ਭਰਤੀ ਦਾ ਨੋਟੀਫਿਕੇਸ਼ਨ ਜਰੂਰ ਵੇਖਣ ਨੂੰ ਮਿਲ ਸਕਦਾ ਹੈ ਇਹ ਆਨੰਦਾ ਜਲਾਲੀਓ ਵੀ ਕਿਤੇ ਤੁਹਾਡੇ ਤੁਸੀਂ ਉੱਥੋਂ ਬਚ ਜਾਓਗੇ ਸੋ ਇਸੇ ਕਰਕੇ ਤੁਸੀਂ ਹੁਣ ਤੁਹਾਨੂੰ ਖੁੱਲਾ ਸਮਾਂ ਮਿਲਿਆ ਖੁੱਲੇ ਸਮੇਂ ਨੂੰ ਹੁਣ ਚੰਗੀ ਤਰ੍ਹਾਂ ਯੂਟਿਲਾਈਜ਼ ਕਰੋ ਤੁਹਾਡੇ ਕੋਲ ਸਬ ਇਨਸਪੈਕਟਰ ਕਨਸਟੇਬਲ ਦੇ ਲਈ ਤਿਆਰੀ ਕਰਨ ਦਾ ਵਧੀਆ ਸਮਾਂ ਹੈ ਜੇਕਰ ਤੁਹਾਨੂੰ ਸਬ ਇਨਸਪੈਕਟਰ ਦਾ ਨੋਟੀਫਿਕੇਸ਼ਨ ਮਿਲਦਾ ਹੈ ਤਾਂ ਦਸੰਬਰ ਤੱਕ ਐਗਜ਼ਾਮ ਹੋਊਗਾ ਜਾਂ ਹਾਂ ਜੇ ਭਗਵੰਤ ਮਾਨ ਸਰਕਾਰ ਨੇ ਕਿਹਾ ਹੋਇਆ ਵੀ ਅਸੀਂ ਐਗਜ਼ਾਮ ਦਾ ਆਲਰੇਡੀ ਤੁਹ ਏ ਵੀ ਹੋ ਸਕਦਾ ਤੁਹਾਨੂੰ ਸ਼ਾਇਦ ਜੁਲਾਈ ਦੇ ਵਿੱਚ ਨੋਟੀਫਿਕੇਸ਼ਨ ਮਿਲ ਜਾਣ ਅਕਤੂਬਰ ਜਾਂ ਸਤੰਬਰ ਦੇ ਵਿੱਚ ਤੁਹਾਡੇ ਸਬ ਇਨਸਪੈਕਟਰ ਦੇ ਪੇਪਰ ਕੰਡਕਟ ਕਰਾਏ ਜਾਣ ਸੋ ਇਹ ਬਿਲਕੁਲ ਨਾ ਆਪਦਾ ਲੈ ਕੇ ਜਾਓ ਵੀ ਤੁਸੀਂ ਵੀ ਸਬ ਇਨਸਪੈਕਟਰ ਦੇ ਵੀ 5 ਮਹੀਨੇ ਮਿਲਣਗੇ ਐਕਸਟਰਾ ਕਿਉਂਕਿ ਜਿਹੜੀ ਭਰਤੀ ਦਾ ਆਪਾਂ ਨੂੰ ਅਨਾਉਂਸਮੈਂਟ ਕੀਤਾ ਆਇਆ ਹਰ ਸਾਲ ਹੁੰਦਾ ਉਸ ਦਾ ਆਲਰੇਡੀ ਤੁਹਾਡੇ ਕੋਲ ਡਾਟਾ ਪਹੁੰਚ ਆਇਆ ਵੀ ਹੋਣੀ ਹੀ ਹੋਣੀ ਹੈ ਸਬ ਇਨਸਪੈਕਟਰ ਦੀ ਹੁਣ ਸਬ ਇਨਸਪੈਕਟਰ ਦੀ ਜੇਕਰ ਤੁਸੀਂ ਭਰਤੀ ਦੇਣਾ ਚਾਹੁੰਦੇ ਹੋ ਤਾਂ ਪਲੀਜ਼ ਹੁਣੇ ਤੋਂ ਹੀ ਤਿਆਰੀਆਂ ਕਰੋ ਇਦਾਂ ਸੋਚੋ ਵੀ ਆਸੀਂ ਕਨਸਟੇਬਲ ਦੇ ਨਾਲ ਨਾਲ ਉਸ ਪੇਪਰ ਨੂੰ ਵੀ ਕਰੈ ਤੇ ਤੁਹਾਡੇ ਸਾਹਮਣੇ ਹੁਣ ਇੱਕ ਸਾਡੇ ਕਨਸਟੇਬਲ ਦਾ ਪੇਪਰ ਤਾਂ ਚਲੋ ਤੁਹਾਡੇ ਲਈ ਇੱਕ ਓਪਰਚ्युनिटी ਹੈ ਬਿਨਾ ਨੈਗੇਟਿਵ ਮਾਰਕਿੰਗ ਤੋਂ ਤੁਹਾਨੂੰ ਵਧੀਆ ਨੰਬਰ ਲੈਣ ਦੀ ਬਟ ਸਬ ਇਨਸਪੈਕਟਰ ਦਾ ਜੇਕਰ ਆਂਦਾ ਤੁਹਾਨੂੰ 2 ਜਾਂ 3 ਮਹੀਨੇ ਦਾ ਸਮਾਂ ਮਿਲੇਗਾ ਕਿਉਂਕਿ ਇਸੇ ਸਾਲ ਦੇ ਵਿੱਚ ਕੰਡਕਟ ਕਰਾਣਾ ਐਗਜ਼ਾਮ ਬਹੁਤ ਤੋਂ ਬਾਅਦ ਤੁਸੀਂ ਕਿੰਨਾ ਕੁ ਗੈਪ ਪਾ ਲਓਗੇ ਅਕਤੂਬਰ ਮਹੀਨੇ ਤੱਕ ਪਾ ਲਓਗੇ ਜਾਂ ਨਵੰਬਰ ਮਹੀਨੇ ਤੱਕ ਬਟ ਜੀ ਨੋਟੀਫਿਕੇਸ਼ਨ ਆ ਗਿਆ ਤੁਹਾਨੂੰ ਕੋ 3 ਜਾਂ 4 ਮਹੀਨੇ ਮਿਲਣਗੇ ਕਿਉਂਕਿ ਆਲਰੇਡੀ ਤੁਹਾਨੂੰ ਜਨਵਰੀ ਤੋਂ ਲੈ ਕੇ ਜੁਲਾਈ ਤੱਕ ਤੁਹਾਨੂੰ ਸਮਾਂ ਮਿਲਿਆ ਹੋਇਆ ਹੈ ਭਗਵੰਤਮਾਨ ਸਰਕਾਰ ਨੂੰ ਵੀ ਪਤਾ ਹੈ ਵੀ ਹਾਂਜੀ ਕਿਉਂਕਿ ਬਸ ਫਾਰਮ ਭਰਨੇ ਆ 1.5 ਮਹੀਨੇ ਦਾ ਫਰਕ ਪਾਣਗੇ ਤਾਂ ਕਿ ਬੱਚੇ ਕੋਈ ਇਹੋ ਜੀ ਇਨਫੋਰਮੇਸ਼ਨ ਮਤਲਬ ਕਿ ਅੱਗੇ ਰਿੱਟਨਾ ਪਾ ਦੇਣ ਵੀ ਸਾਨੂੰ ਸਮਾਂ ਘੱਟ ਮਿਲਿਆ ਸਮਾਂ ਆਲਰੇਡੀ ਤੁਹਾਨੂੰ ਦੱਸਿਆ ਹੋਇਆ ਵੀ ਜਨਵਰੀ ਤੋਂ ਨੋਟੀਫਿਕੇਸ਼ਨ ਆਲਰੇਡੀ ਤੁਸੀਂ ਸਮਝ ਚੁੱਕੇ ਹੋ ਠੀਕ ਹੈ ਜੀ ਅਨਾਉਂਸਮੈਂਟਾਂ ਜਿਹੜੀਆਂ ਹੁੰਦੀਆਂ ਉਹ ਜੈਨੂਇਨਲੀ ਹੁੰਦੀਆਂ ਸੋ ਇਸੇ ਕਰਕੇ ਆਪਣੀ ਤਿਆਰੀ ਸ਼ੁਰੂ ਰੱਖੋ ਇਹ ਨਾ ਸੋਚੋ ਕਿ ਤੇ ਵੀ ਸਾਡੀ ਤਿਆਰੀ ਉਦੋਂ ਹੀ ਕਰਾਂਗੇ ਜਦੋਂ ਪੇਪਰ ਆਊਗਾ ਸੋ ਘਬਰਾਉਣਾ ਤੁਹਾਡੀ ਕਨਸਟੇਬਲ ਦਾ ਜਲਦ ਹੀ ਐਗਜ਼ਾਮ ਹੋ ਜਾਣਾ ਹੈ ਠੀਕ ਹੈ ਜੀ ਆਪਣਾ ਜੁਲਾਈ ਅਗਸਤ ਤੱਕ ਤੁਸੀਂ ਐਗਜ਼ੈਕਟ ਲਾ ਕੇ ਚੱਲੋ ਵੀ ਜੁਲਾਈ ਤੇ ਅਗਸਤ ਦੇ ਮਹੀਨੇ ਵਿੱਚ ਵਿੱਚ ਤੁਹਾਡੇ ਕੋਲ ਅਲਰਟ ਆਣਗੇ ਸੋ ਜੁਲਾਈ ਮਹੀਨਾ ਤੁਸੀਂ ਆਖਰੀ ਮਹੀਨਾ ਲਾ ਕੇ ਚੱਲੋ ਤੇ ਜੂਨ ਮਹੀਨੇ ਵਿੱਚ ਮੈਂ ਡੈਫੀਨਿਟਲੀ ਕਹਿੰਦਾ ਤੁਹਾਨੂੰ ਕੋਈ ਵੀ ਅਲਰਟ ਨਹੀਂ ਦੇਖਣ ਨੂੰ ਮਿਲਣਾ ਕਿਉਂਕਿ 4 ਜੂਨ ਨੂੰ ਆਪਣੀਆਂ ਪਾਰਟੀਆਂ ਜਿੱਤਣੀਆਂ ਹੈ ਇੱਕ ਮਹੀਨਾ ਦਾ ਜਸ਼ਨ ਹੀ ਚੱਲਦੇ ਆ ਸੋ ਜਸ਼ਨ ਚੱਲਦੇ ਚੱਲਦੇ ਉਸ ਦੇ ਵਿੱਚ ਦੌਰਾਨ ਬੱਚਿਆਂ ਨੂੰ ਨਹੀਂ ਤਾਂ ਕੀਤਾ ਜਾ ਸਕਦਾ ਸੋ ਇਸੇ ਕਰਕੇ ਮੈਂ ਕਹਿ ਰਿਹਾ ਜੁਲਾਈ ਅਗਸਤ ਮਹੀਨਾ ਤੁਹਾਡੇ ਕੋਲ ਇੱਕ ਹੈਗਾ ਜਿਸ ਦੇ ਵਿੱਚ ਤੁਹਾਡੇ ਪੇਪਰ ਹੋ ਸਕਦੇ ਆ ਹੁਣ ਸਮੇ ਨੂੰ ਦੇਖਦੇ ਹੋਏ ਤੁਸੀਂ ਆਪਣੀ ਤਿਆਰੀ ਬਰਕਰਾਰ ਰੱਖੋ ਆਪਾਂ ਮਿਲਦੇ ਆ ਅਗਲੀ ਵੀਡੀਓਜ਼ ਦੇ ਵਿੱਚ ਸੋ ਮੇਰੇ ਵੱਲੋਂ ਸਾਰੇ ਹੀ ਭੈਣ ਭਰਾ ਨੂੰ ਜੈ ਹਿੰਦ ਤੇ ਧੰਨਵਾਦ